ਹੈਲੋ एवरीवन ਵੈਲਕਮ ਟੂ ਸਟੱਡੀ ਸ਼ੋਕਰਟਸ ਹਿਅਰ ਸਟੱਡੀ ਬਿਕਮਸ ਈਜ਼ੀਅਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 3704 ਮਾਸਟਰ ਕੈਡਰ ਦੇ ਰਿਲੇਟਡ ਜਿਹੜੇ ਅਸਾਮੀਆਂ ਆਈਆਂ ਸੀ ਉਹਦੇ ਰਿਲੇਟਡ ਇੱਕ ਨਵਾਂ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਸਰਕਾਰ ਵੱਲੋਂ ਤਾਂ ਦੇਖਦੇ ਆ ਬਿਨਾ ਟਾਈਮ ਵੇਸਟ ਕੀ ਕੀ ਨੋਟਿਸ ਕੀ ਹੈ ਜਿਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੇ ਸਾਰੇ ਲੇਟੈਸਟ ਅਪਡੇਟਸ ਤੁਹਾਨੂੰ ਟਾਈਮ ਸਿਰ ਮਿਲ ਸਕਣ ਤਾਂ ਉਹ ਦੇਖਦੇ ਆ ਕਿਹਨ ਲੈਟਰ ਜਿਹੜਾ ਜਾਰੀ ਕੀਤਾ ਗਿਆ 3704 ਮਾਸਟਰ ਕੈਡਰ ਦੀਆਂ ਅਸਾਮੀਆਂ ਲਈ ਸਿੱਖਿਆਪਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 28/2/2020 ਨੂੰ ਅਸਾਮੀਆਂ ਦੀ ਭਰਤੀ ਲਈ ਵਿਗਿਆਪਨ ਦਿੱਤਾ ਗਿਆ ਸੀ ਇਸ ਸਬੰਧੀ ਵਿਭਾਗ ਵੱਲੋਂ ਸਾਇੰਸ ਮੈਥ ਅਤੇ ਸਮਾਜਿਕ ਸਿੱਖਿਆ ਦੇਖੋ ਇਹ ਕਿਹੜੇ ਵਿਸ਼ਿਆਂ ਨਾਲ ਰਿਲੇਟਡ ਜਿਹੜਾ ਨੋਟਿਸ ਆਇਆ ਹੈ ਸਾਇੰਸ ਮੈਥ ਤੇ ਸਮਾਜਿਕ ਸਿੱਖਿਆ ਦੀ ਵਿਸ਼ੇ ਦੀ ਪ੍ਰੀਖਿਆ ਡੇਟ ਸ਼ੀਟ ਮਤੀ ਮਿਤੀ 24 12 2020 ਯਾਨੀ ਕਿ 24 ਦਸੰਬਰ ਨੂੰ ਜਿਹੜੀ ਡੇਟ ਸ਼ੀਟ ਹੈ ਉਹ ਜਾਰੀ ਕੀਤੀ ਗਈ ਸੀ ਤੇ ਪੇਪਰ ਜਿਹੜਾ ਹੈਗਾ ਉਹ 9 ਜਨਵਰੀ ਤੇ 10 ਜਨਵਰੀ ਨੂੰ ਜਿਹੜੀ ਇਹਦੇ ਡੇਟਸ ਆਈਆਂ ਸੀਗੀਆਂ ਇਸ ਪ੍ਰੀਖਿਆ ਸੰਬੰਧੀ ਉਮੀਦਵਾਰ ਦੇ ਰੋਲ ਨੰਬਰ ਜਿਹੜੀਆਂ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਇਹ ਜਿਹੜਾ ਨੋਟਿਸ ਹੈਗਾ ਉਹ ਐਡਮਿਟ ਕਾਰਡ ਦੇ ਰਿਲੇਟ ਕੈਡਰ ਵਾਲੇ ਸਟੂਡੈਂਟਸ ਦਾ ਪੇਪਰ ਹੈ ਉਹਨਾਂ ਦੇ ਜਿਹੜੇ ਰੋਲ ਨੰਬਰ ਹੈ ਉਹ ਆ ਗਏ ਨੇ ਤੇ ਉਮੀਦਵਾਰ ਆਪਣਾ ਰੋਲ ਨੰਬਰ ਦੇਖੋ ਕੀ ਕੁਝ ਉਹਨਾਂ ਨੇ ਕਿਹਾ ਰੋਲ ਨੰਬਰ ਰਜਿਸਟ੍ਰੇਸ਼ਨ ਕਰਨ ਸਮੇ ਬਣਾਏਗੇ ਅਕਾਊਂਟ ਵਿੱਚ ਡਾਊਨਲੋਡ ਪ੍ਰਿੰਟ ਕਰ ਸਕਦੇ ਹਨ ਤੁਹਾਨੂੰ ਨੇ ਰਜਿਸਟ੍ਰੇਸ਼ਨ ਅਕਾਊਂਟ ਬਣਾਇਆ ਸੀਗਾ ਉੱਥੇ ਜਾ ਕੇ ਤੁਸੀਂ ਆਪਣੀ ਈਮੇਲ ਦੇ थ्रू ਆਪਣਾ ਜਿਹੜਾ ਅਕਾਊਂਟ ਬਣਾਇਆ ਸੀ ਆਪਣਾ ਰਜਿਸਟ੍ਰੇਸ਼ਨ ਨੰਬਰ ਫਿਲ ਕਰ ਸਕਦੇ ਹੋ ਆਪਣਾ ਪਾਸਵਰਡ ਫਿਲ ਕਰੋ ਤੁਹਾਡਾ ਅਕਾਊਂਟ ਜਿਹੜਾ ਓਪਨ ਹੋ ਜਾਏਗਾ ਉੱਥੋਂ ਜਾ ਕੇ ਤੁਸੀਂ ਆਪਣਾ ਰੋਲ ਨੰਬਰ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਰੋਲ ਨੰਬਰ ਸਲਿੱਪ ਦੇ ਨਾਲ ਇੱਕ ਹੋਰ ਸਨাক্তੀ ਕਾਰਡ ਆਪਣੇ ਪੇਪਰ ਵਾਲੇ ਦਿਨ ਜਿਹੜਾ ਲੈ ਕੇ ਆਉਣਾ ਯਕੀਨੀ ਬਣਾਉਣਗੇ दैट मींस ਤੁਹਾਨੂੰ ਆਪਣਾ ਐਗਜ਼ਾਮ ਵਾਲੇ ਦਿਨ ਰੋਲ ਨੰਬਰ ਤਾਂ ਲੈ ਕੇ ਹੀ ਜਾਣਾ ਨਾਲ ਹੀ ਨਾਲ ਤੁਹਾਨੂੰ ਇੱਕ ਅਲੱਗ ਤੋਂ ਆਪਣਾ ਆਇਡੈਂਟੀਟੀ ਲੈ ਕੇ ਜਾ ਸਕਦੇ ਹੋ ਜਿਵੇਂ ਆਧਾਰ ਕਾਰਡ ਹੋ ਸਕਦਾ ਹੈ ਜਾਂ ਕੋਈ ਵੀ ਹੋਰ ਆਈਡਿਟੀ ਕਾਰਡ ਜਿਹੜਾ ਵੀ ਤੁਸੀਂ ਲੈ ਕੇ ਜਾ ਸਕਦੇ ਹੋ इजीली ਉਹ ਜ਼ਰੂਰ ਨਾਲ ਲੈ ਕੇ ਜਾਣਾ ਹੈ ਰੋਲ ਨੰਬਰ ਤਾਂ ਲੈ ਕੇ ਹੀ ਜਾਣਾ ਹੈ ਨਾਲ ਆਈਡਿਟੀ ਕਾਰਡ ਵੀ ਲੈ ਕੇ ਜਾਣਾ ਹੈ ਤੇ ਇਹ ਸਿੱਗੀ ਜੀ ਇੰਪੋਰਟੈਂਟ ਨੋਟੀਫਿਕੇਸ਼ਨ ਜਿਹੜੀ 3704 ਮਾਸਟਰ ਕੈਡਰ ਦੇ ਅਸਾਮੀਆਂ ਦੇ ਰਿਲੇਟਡ ਆਈ ਸੀ ਯਾਨੀ ਕਿ ਜਿਨ੍ਹਾਂ ਦਾ ਸਾਇੰਸ ਮੈਥ ਸੋਮਾਜਿਕ ਸਿੱਖਿਆ ਦੇ ਵਿਸ਼ੇ ਦੇ ਪੇਪਰ ਜਿਹੜਾ ਜਿਨ੍ਹਾਂ ਨੇ ਦੇਣੇ ਆ ਉਹਨਾਂ ਦੇ ਰੋਲ ਨੰਬਰ ਜਿਹੜੇ ਜਾਰੀ ਕਰ ਦਿੱਤੇ ਕਹਿੰਦੇ ਤੁਸੀਂ ਜਾ ਕੇ ਆਪਣੇ ਡਾਊਨਲੋਡ ਕਰ ਸਕਦੇ ਹੋ ਤੇ ਪੇਪਰ ਵਾਲੇ ਦਿਨ ਰੋਲ ਨੰਬਰ ਦੇ ਨਾਲ ਨਾਲ ਤੁਸੀਂ ਸ਼ਨਾਖਤੀ ਕਾਰਡ ਵੀ ਜ਼ਰੂਰ ਲੈ ਕੇ ਜਾਣ ਸਬਸਕ੍ਰਾਈਬ ਕਰ ਲਵੋ ਥੈਂਕ ਯੂ